सत श्रीकाल जी, न्यूज़ एशिया पंजाबी देख रहे हो तुसी ते मैं हाँ कुलवंत सिंह। मेरे नाल एक अजिहे मेहमान ने अज जिहड़े कि बीमार नहीं ने। अक्सर लोग कहिंदे ने भी बीमार हो के तां उहदे च बीमारी दे कारण जिहड़े आ उह डॉक्टरां दे नाल जुड़दे ने, पर अज एक अजिहा मेहमान तुहानूं मिलाउण जा रहे हां जिहड़े बीमार नहीं ने। तो फिर तुसी सोचोगे भी फिर इहनां नूं क्यों लै के आए हो जे बीमार नहीं हैगे, तां की इहदे पिछे दे कारण ने, क्यों इह जिहड़े हैल्थ वाले मिशन दे नाल जुड़े हुए ने, की इहनां नूं कोई डर है इहनां दे दिमाग दे विच कुछ अजिहा करना चाहुंदे कि किदा किहड़े मिशन दे नाल इह अग्गे तुर रहे ने, आपां इहनां दे मूंह तों जाणदे हां। सत श्रीकाल जी, की नाम है जी? मेरा नाम जपिंदर पाल सिंह है जी। जपिंदर पाल जी, थोड़ा अपना प्रोफाइल दसोंगे कि परिवार च कौन कौन किथे रहिंदे हो, की कम करदे हो? मैं अमृतसर च रहना ते मैं कस्टम क्लीयरिंग च जॉब करता हां। कस्टम क्लीयरिंग दे विच उत्थे अटारी बॉर्डर दे? नहीं नहीं नहीं, साडी प्राइवेट एजेंसियां हुंदियां ने, उहनां दा साडा काम हुंदा वी डाकूमेंटेशन करनी हुंदी नहीं, जिन्हां ने माल बाहर भेजना जां अंदर बुलाउणा हुंदा, असीं उहनां दे उत्थे, मैं एक्सपोर्ट सैक्शन च हैगा। अच्छा, ते मतलब पढ़े लिखे हो वधिया? जी, मैं डबल पोस्ट ग्रैजुएट हां जी। गुड, ते इस डबल पोस्ट ग्रैजुएट होण दे बावजूद भी ਤੁਸੀਂ ਲੋਕੀ ਜਿਹੜੇ ਜ਼ਿਆਦਾ ਪੜ੍ਹੇ ਲਿਖੇ ਹੁੰਦੇ ਨੇ ਉਹ ਤਾਂ ਅਕਸਰ ਜਿਹੜੇ ਐਲੋਪੈਥੀ ਅਤੇ ਹੋਰ ਵਧੀਆ ਦੂਜੀਆਂ ਪੱਧਤੀਆਂ ਦੇ ਨਾਲ, ਅੰਗਰੇਜ਼ਾਂ ਵਾਲੀਆਂ ਪੱਧਤੀਆਂ ਦੇ ਨਾਲ ਜੁੜਦੇ ਨੇ, ਤੁਸੀਂ ਕਿਵੇਂ ਇੱਧਰ ਜੁੜ ਗਏ? ਦੇਖੋ ਜੀ, ਮੈਨੂੰ ਸ਼ੁਰੂ ਤੋਂ ਹੀ ਸ਼ੌਂਕ ਸੀ ਜਿਸ ਤਰ੍ਹਾਂ ਪਲਾਂਟਿੰਗ ਵਗੈਰਾ ਕਰਨ ਦਾ ਅਤੇ ਕੁਦਰਤ ਨਾਲ ਜੁੜਨ ਦਾ, ਅਤੇ ਦਵਾਈਆਂ ਵਾਲੇ ਪਾਸੇ ਮੈਂ ਸ਼ੁਰੂ ਤੋਂ ਹੀ ਥੋੜ੍ਹਾ ਜਿਹਾ ਦੂਰ ਰਹਿੰਦਾ ਸੀ ਦਵਾਈਆਂ ਤੋਂ, ਵੀ ਜਿੱਥਾਂ ਜਿਸ ਤਰ੍ਹਾਂ ਵੀ ਹੋ ਸਕੇ ਦਵਾਈ ਨਾ ਖਾਧੀ ਜਾਵੇ, ਪਹਿਲਾਂ ਸਰੀਰ ਨੂੰ ਆਪਣਾ ਕੰਮ ਕਰਨ ਦਿੱਤਾ ਜਾਵੇ, ਕਿਤੇ ਸੁਣ ਲਿਆ ਸੀ ਜਾਂ ਮੇਰੇ 'ਚ ਕੋਈ ਕਿਸ ਤਰ੍ਹਾਂ ਕੋਈ ਗੱਲ ਆ ਗਈ। ਤੋ ਇਸੇ ਚੱਲਦਿਆਂ ਚੱਲਦਿਆਂ ਮੈਂ ਲੱਭ ਰਿਹਾ ਸੀ ਵੀ ਕੋਈ ਡਾਕਟਰਸ ਵਗੈਰਾ ਇਹੋ ਜਿਹੇ ਮਿਲਣ ਜਿਹੜੇ ਕੋਈ ਇਹੋ ਜਿਹਾ ਕੰਮ ਕਰਦੇ ਹੋਣ, ਪਰ ਨੋਰਮਲੀ ਇਹੀ ਦੇਖਿਆ ਜਾਵੇ ਵੀ ਜਿਸ ਤਰ੍ਹਾਂ ਅਸੀਂ ਸਵੇਰੇ ਕੰਮ 'ਤੇ ਗਏ, ਸ਼ਾਮ ਨੂੰ ਵਾਪਸ ਆ ਗਏ, ਰਾਤ ਨੂੰ ਥੱਕੇ ਟੁੱਟੇ ਆ ਗਏ, ਵੀ ਨਾ ਤਾਂ ਇਹੋ ਜਿਹਾ ਕੋਈ ਲੱਭ ਰਿਹਾ ਸੀ ਅਤੇ ਨਾ ਹੀ ਕੋਈ ਦਿਖਿਆ ਇਹੋ ਜਿਹਾ, ਚਾਰੇ ਪਾਸੇ ਐਲੋਪੈਥੀ ਹੀ ਦਿਖਦੀ ਸੀ। ਪਰ ਫਿਰ ਮੇਰੇ ਇੱਕ ਦੋਸਤ ਨੇ ਮੈਨੂੰ ਵੀਡੀਓ ਸ਼ੇਅਰ ਕੀਤੀ, ਹਾਂਜੀ, ਕੋਈ ਵੀਡੀਓ ਸ਼ੇਅਰ ਕੀਤੀ ਸੀ ਆਪਣੇ ਵਰਿੰਦਰ ਸਿੰਘ ਭੁੱਲਰ ਹਰਾਂ ਦੇ ਹੀ ਸਟਾਫ ਦੇ ਵਿੱਚ ਮੈਂਬਰ ਸੀ, ਉਹਨਾਂ ਦੀ ਮਦਰ ਨੂੰ ਕੋਈ, ਸਰਬਜੀਤ ਕੌਰ ਜਿਹਨਾਂ ਦੇ ਕੈਂਸਰ ਇੱਥੇ ਸੀ, ਹਾਂਜੀ ਹਾਂਜੀ, ਉਹ ਵਾਲੀ ਵੀਡੀਓ ਸ਼ੇਅਰ ਕੀਤੀ ਸੀ ਉਹਨਾਂ ਨੇ ਮੈਨੂੰ ਨਿਊਜ਼ ਏਸ਼ੀਆ ਪੰਜਾਬੀ ਤੋਂ, ਅਤੇ ਉਸ ਕਰਕੇ ਮੈਂ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਕਿ ਤੁਹਾਡੀ ਹੀ ਵੀਡੀਓ ਫਸਟ ਮੈਂ ਦੇਖੀ, ਅਤੇ ਫਿਰ ਉੱਥੋਂ ਮੈਨੂੰ ਦੁਬਾਰਾ ਫਿਰ ਹੋਰ ਵੀ ਸਕਰੋਲ ਕਰਕੇ ਦੇਖੀਆਂ ਵੀਡੀਓ, ਅਪਰੋਕਸੀਮੇਟ ਮੈਨੂੰ 3 ਕੁ ਮਹੀਨੇ ਹੋ ਗਏ ਸੀ ਉਹ ਵੀਡੀਓਜ਼ ਵਗੈਰਾ ਦੇਖਦਿਆਂ, ਫਿਰ ਪਤਾ ਲੱਗਾ ਵੀ ਸਾਇੰਸ ਕਲਾਸਿਸ ਵੀ ਲੱਗਦੀਆਂ ਨੇ, ਪਰ ਮੈਨੂੰ ਸ਼ੋਰ ਨਹੀਂ ਸੀ ਵੀ ਹੋ ਸਕਦਾ ਸੀ ਵੀ ਮੋਗੇ ਲੱਗਦੀਆਂ ਹੋਣ ਜਾਂ ਕੁਛ ਵੀ ਆ, ਸਟਾਰਟਿੰਗ 'ਤੇ ਆਈ ਥਿੰਕ ਮੋਗਾ ਹੀ ਲੱਗਦੀਆਂ ਸੀ, ਅਤੇ ਉਸ ਤੋਂ ਬਾਅਦ ਫਿਰ ਮੈਂ ਕਿਸੇ ਵੇਲੇ ਬਿਜ਼ੀ ਹੋਣ ਦੇ ਕਾਰਨ ਮੈਂ ਹਫ਼ਤਾ 10 ਦਿਨ ਕਿਤੇ ਕੋਈ ਵੀਡੀਓਜ਼ ਵਗੈਰਾ ਨਹੀਂ ਦੇਖੀਆਂ ਗਈਆਂ, ਉਹਨੇ ਦੌਰਾਨ ਹੀ ਸਾਡੇ ਸ਼ਹਿਰ ਦੇ ਵਿੱਚ ਅੰਮ੍ਰਿਤਸਰ ਸਾਹਿਬ ਦੇ ਵਿੱਚ ਹੀ ਕਲਾਸ ਲੱਗੀ ਸੀ ਸਾਇੰਸ ਕਲਾਸ, ਉਹ ਮੇਰੇ ਕੋਲ, ਹਾਂਜੀ, ਉਹ ਮੇਰੇ ਕੋਲ ਮਿਸ ਹੋ ਗਈ, ਅਤੇ ਮੈਂ ਆਪਣੇ ਆਪ ਨੂੰ ਬੜਾ ਹੀ ਕੋਸਿਆ ਵੀ ਯਾਰ ਸਾਡੇ ਹੀ ਸ਼ਹਿਰ ਦੇ ਵਿੱਚ ਕਲਾਸ ਲੱਗੀ ਅਤੇ ਮੈਂ ਮਿਸ ਕਰਤੀ। ਉਸ ਤੋਂ ਬਾਅਦ ਮੈਂ ਲਗਾਤਾਰ ਇਨ ਟੱਚ ਰਿਹਾ 1 ਮਹੀਨਾ ਵੀ ਕੋਈ ਵੀ ਵੀਡੀਓ ਮਿਸ ਨਹੀਂ ਕੀਤੀ ਕਿਸੇ ਤਰ੍ਹਾਂ ਵੀ, ਅਤੇ ਕਾਫੀ ਉਹ ਤੋਂ ਇਨ ਟੱਚ ਰਹਿਣ ਨਾਲ ਕਾਫੀ ਸਾਰੀ ਨੌਲੇਜ ਵੀ ਵਧੀ ਮੇਰੀ ਵੀ ਅਸੀਂ ਕਿਸ ਤਰ੍ਹਾਂ ਆਪਣੇ ਸਰੀਰ ਨੂੰ ਸਹੀ ਰੱਖ ਸਕਦੇ ਹਾਂ। ਉਸੇ ਹੀ ਮਿਸ਼ਨ ਦੇ ਵਿੱਚ ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਮਿਸ਼ਨ ਮਿਥਿਆ ਆਇਆ ਅਤੇ ਤੁਸੀਂ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੁਰਦੇ ਪਏ ਵੀ ਹਰ ਬੰਦੇ ਦਾ ਘੱਟੋ ਘੱਟ 100 ਸਾਲ ਦੀ ਉਮਰ ਤੱਕ ਅਸੀਂ ਲੈ ਕੇ ਜਾਵਾਂਗੇ, ਬਸ ਉਸ ਮਿਸ਼ਨ ਦੇ ਵਿੱਚ ਜੁੜਨ ਵਾਸਤੇ ਮੈਂ ਅੱਜ ਦੀ ਇੱਥੇ ਕਲਾਸ ਅਟੈਂਡ ਕੀਤੀ। ਯਾਨੀ ਤੁਸੀਂ ਇਹ ਚਾਹੁੰਦੇ ਹੋ ਕਿ ਤੁਹਾਡੀ ਅਤੇ ਤੁਹਾਡੇ ਬੱਚਿਆਂ ਦੀ ਉਮਰ, ਤੁਹਾਡੇ ਪਰਿਵਾਰ ਦੀ ਉਮਰ 100 ਸਾਲ ਦੀ ਹੋਵੇ, ਤੰਦਰੁਸਤੀ ਹਾਲਤ ਦੇ ਵਿੱਚ ਰਹੋ, ਬਿਮਾਰੀ ਕੋਈ ਨਹੀਂ ਹੈਗੀ, ਤੰਦਰੁਸਤਾਂ ਅਤੇ ਤੰਦਰੁਸਤੀ ਬਰਕਰਾਰ ਰਹੇ, ਇਸੇ ਨਾਲ ਜੁੜੇ? ਜੀ ਜੀ, ਬਿਲਕੁਲ ਬਿਲਕੁਲ, ਇਸੇ ਵਾਸਤੇ। ਅਤੇ ਅੱਜ ਤੁਸੀਂ ਸਾਇੰਸ ਕਲਾਸ ਅਟੈਂਡ ਕੀਤੀ ਹੈ, ਸਾਇੰਸ ਸੈਮੀਨਾਰ ਅਟੈਂਡ ਕੀਤਾ, ਕੀ ਹਾਸਲ ਕੀਤਾ? ਇਹ 'ਚ ਬੜੀਆਂ ਹੀ ਇੰਟਰਸਟਿੰਗ ਗੱਲਾਂ ਸੀ ਜਿਸ 'ਚੋਂ ਹੈਗੀਆਂ, ਅਤੇ ਸਾਰਾ ਕੁਛ ਬਹੁਤ ਵਧੀਆ ਸੀ, ਡਾਕਟਰ ਸਾਹਿਬ ਨੇ ਅਪਰੋਕਸੀਮੇਟ 5 ਘੰਟੇ ਸਪੀਚ ਦਿੱਤੀ, ਬਹੁਤ ਵਧੀਆ ਸੀ, ਪਰ ਉਹ 'ਚੋਂ ਕੁਛ ਖਾਸ ਮੈਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗਾ 1-2 ਗੱਲਾਂ। ਜਿਸ ਤਰ੍ਹਾਂ ਇੱਕ ਤਾਂ ਹੈਗੀ ਸੀ ਹਵਾ ਦੇ ਨਾਲ ਅਸੀਂ ਆਪਣੀ ਇਲਾਜ ਕਰ ਸਕਦੇ, ਜਿਸ ਤਰ੍ਹਾਂ ਉਹਨਾਂ ਨੇ ਦੱਸਿਆ ਵੀ ਅਸੀਂ ਸਾਹ ਰੋਕ ਕੇ ਜ਼ਿਆਦਾ ਨਹੀਂ ਰੋਕਣਾ, ਸਿਰਫ 4 ਸੈਕਿੰਡ ਤੱਕ ਹੀ ਰੋਕੋ, ਉਸ ਤੋਂ ਬਾਅਦ ਉਹਨੂੰ ਰਿਲੀਜ਼ ਕਰੋ, ਅਤੇ ਉਹਦੇ ਨਾਲ ਸਾਡੀਆਂ ਕਾਫੀ ਸਾਰੀਆਂ ਬਿਮਾਰੀਆਂ ਕੁਛ ਤਾਂ ਜਾਂ ਤਾਂ ਲੱਗਦੀਆਂ ਹੀ ਨਹੀਂ, ਜੇ ਲੱਗੀਆਂ ਵੀ ਹੋਣ ਤਾਂ ਨਿਕਲ ਜਾਂਦੀਆਂ। ਦੂਸਰਾ ਪਾਣੀ ਦੀ, ਵੀ ਜਿਹੜਾ ਪਾਣੀ ਹੈ ਸਾਨੂੰ ਘੱਟੋ ਘੱਟ 3 ਲੀਟਰ ਰੋਜ਼ ਦਾ ਪੀਣਾ ਚਾਹੀਦਾ, ਅਤੇ ਉਹ ਵੀ ਥੋੜ੍ਹਾ ਥੋੜ੍ਹਾ ਕਰਕੇ ਪੀਣਾ ਚਾਹੀਦਾ। ਇਹਨਾਂ 'ਤੇ ਹਲਕਾ ਫੁਲਕਾ ਥੋੜ੍ਹਾ ਮੈਂ ਜਾਣਦਾ ਵੀ ਸੀ ਵੀ ਪਾਣੀ ਸਾਨੂੰ ਜ਼ਿਆਦਾ ਪੀਣਾ ਚਾਹੀਦਾ, ਪਰ ਇੱਕ ਮੇਜਰ ਗੱਲ ਜਿਹੜੀ ਅੱਜ ਪਤਾ ਲੱਗੀ ਵੀ ਜਿਹੜਾ ਅਸੀਂ ਵਾਰੀ ਵਾਰੀ ਪਾਣੀ ਪੀਂਦੇ ਹਾਂ ਜਾਂ ਥੋੜ੍ਹਾ ਥੋੜ੍ਹਾ ਸਿਪ ਕਰਕੇ ਪੀਂਦੇ, ਉਹਦੇ ਨਾਲ ਸਾਡਾ ਜਿਹੜਾ ਮੂੰਹ ਦੇ ਅੰਦਰ ਜਿਹੜਾ ਸਲਾਈਵਾ ਆਇਆ ਹੁੰਦਾ ਉਹ ਸਾਡੇ ਅੰਦਰ ਚਲਾ ਜਾਂਦਾ, ਜਿਹੜਾ ਕਿ ਸਾਡੀਆਂ ਸਾਰੀਆਂ ਹੀ ਬਿਮਾਰੀਆਂ ਦੀ ਬੜੀ ਵੱਡੀ ਕੁਦਰਤ ਵੱਲੋਂ ਘਾਟ ਹੈਗੀ ਆ, ਜੋ ਕਿ
नॉर्मल सानू नहीं पता होंदा सो ये क्लासेस साइंस क्लासेस का बहुत ज़्यादा वड्डा फायदा ते कितनों तुषी ऑन ऑन द वे जिहड़ा अमृतसर तो इत्थे आ सोचा नहीं भी यार मैं अपने टाइम कम का हर्जा होएगा मैं इत्थे इन्नी दूर जाऊँगा पता नहीं उत्थे की मैनूं कुछ हासिल होएगा नहीं होएगा नहीं इस तरह कभी नहीं सोचा सी क्योंकि मैनूं पहलों ही पता सी जदों मैं जावांगा हासिल जरूर होएगा क्योंकि पहलों ही पता सी ते जदों ये सोच के जाओ तो असीं हासिल जरूर करते हैं ते अज जिन्ना डॉक्टर साहब ने बोलिया ते तकरीबन मैं सारा अपना डायरी नोट डाउन किया परिवार ने यह नहीं कहा भी किधर तुर पे तुसी अपना काम करो ये की लेना आपां ने नहीं 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 परिवार वालों मैनू यहो जी कोई नहीं सी गल सगोर परिवार ने मेरा साथ दिता आने दे विच उह कहिंदे नहीं जरूर जे तू इस उम्र च भी कोई पढ़ाई करनी चाहुंदा है तो बहुत वधिया गल है डॉक्टर साहब तो डिप्लोमा इन योगिक साइंसिस करा रहे तुसी करना चाहो जी डिप्लोमा एंड योग जिहड़ा डिप्लोमा इन योगिक साइंस उहदे वास्ते मैं गल कीती हुई है वह कहिंदे सी भी फस्ट जिहड़ा हैगा है वह तो निकल चुके जी दिसंबर च हैगा तो जून वाला जिहड़ा हैगा उहदे च मैं एडमिशन लै रहा लै रहा एडमिशन तीन साल का कह रहे थे सेमेस्टर वाइज डिप्लोमा तो उस मैं एडमिशन लै रहा कितनी उम्र है तुम्हारी मेरी 44 ईयर है 44 साल की उम्र जाके दोबारा पढ़ोगे अजीब जहा लगता देखो जी मैं फस्ट पोस्ट ग्रेजुएशन उदो की जो मैं 23 साल का सी उदो रेगुलर सी उस तो बाद 6 साल बाद मैं कंप्यूटर च पोस्ट ग्रेजुएशन की उस तो बाद अप्रोक्सीमेट मेरे ख्याल ना 13-14 साल बाद दोबारा मैं स्टडी ना जुड़न जा रहा तो मेरे वास्ते कोई अलग चीज़ नहीं है मैं पढ़ना चाहना जिन तक पढ़ाया जाए पढ़ के कुछ खास इस अपने कैरियर के तौर पर लेना चाहोगे या फिर तुसी सेवा के तौर पर नहीं सब तो पहलों तो सेवा के तौर पर सेवा के तौर पर क्योंकि मैं जिस चीज़ा लभ रहा वो डॉक्टर साहब को सारिया उन्होंने गलों चो क्लीयर हुई वेख के प्लस ਤੁਹਾਡੇ ਨਿਊਜ਼ ਏਸ਼ੀਆ ਪੰਜਾਬੀ ਜਿਹੜਾ ਚੈਨਲ ਆ ਉਹਦੇ ਵਿੱਚ ਇੰਟਰਵਿਊਜ਼ ਲੋਕਾਂ ਦੀਆਂ ਆਈਆਂ ਜਿਹੜਾ ਕਿ ਬਿਲਕੁਲ ਸੱਚ ਹੈਗਾ ਉਹ ਚੀਜ਼ਾਂ ਨੂੰ ਦੇਖ ਕੇ ਮੇਰਾ ਫੇਥ ਵਧਿਆ ਅਤੇ ਮੈਂ ਲੋਕ ਭਲਾਈ ਦੇ ਨਾਲ ਲੋਕਾਂ ਦੀ ਸੇਵਾ ਵੀ ਕਰਾਂਗਾ ਬਹੁਤ ਧੰਨਵਾਦ ਜੀ ਵਿਸ਼ ਯੂ ਆਲ ਦਾ ਬੈਸਟ ਕੀ ਤੁਸੀਂ ਇੱਕ ਨਵੇਂ ਇੱਕ ਵਧੀਆ ਇੱਕ ਜਿਹੜਾ ਰੂਹਾਨੀ ਜਿੱਤ ਵਾਲੇ ਜਿਹੜੇ ਮਿਸ਼ਨ ਦੇ ਨਾਲ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਔਰ ਸ਼ੁਭਕਾਮਨਾਵਾਂ ਬਹੁਤ ਬਹੁਤ ਤੁਹਾਡੀਆਂ ਸ਼ੁਭਕਾਮਨਾਵਾਂ ਮੈਂ ਅਸੈਪਟ ਕਰਦਾ ਅਤੇ ਨਾਲੇ ਬਹੁਤ ਬਹੁਤ ਧੰਨਵਾਦ ਨਿਊਜ਼ ਏਸ਼ੀਆ ਪੰਜਾਬੀ ਦਾ ਜਿਹੜਾ ਕਿ ਲੋਕਾਂ ਦੇ ਤੱਕ ਸਾਰੀਆਂ ਦੀ ਸਾਰੀਆਂ ਡਾਕਟਰ ਸਾਹਿਬ ਦੀਆਂ ਗੱਲਾਂ ਨੂੰ ਲੈ ਕੇ ਜਾ ਰਿਹਾ ਬਹੁਤ ਧੰਨਵਾਦ ਤੋਂ ਬਹੁਤ ਧੰਨਵਾਦ ਸੋ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਅਲੱਗ ਅਲੱਗ ਜਿਹੜੇ ਕੈਟੇਗਰੀਆਂ ਦੇ ਵਿੱਚੋਂ ਲੋਕ ਨਿਕਲ ਕੇ ਸਾਹਮਣੇ ਆ ਰਹੇ ਨੇ ਭਾਈ ਸਾਹਿਬ ਜਿਹੜੇ ਨੇ ਡਬਲ ਪੋਸਟ ਗ੍ਰੈਜੂਏਟ ਨੇ ਵੱਖਰਾ ਹੀ ਇਹਨਾਂ ਦਾ ਇੱਕ ਸਰਵਿਸ ਕਰ ਰਹੇ ਨੇ ਕਸਟਮ ਡਿਪਾਰਟਮੈਂਟ ਦੇ ਨਾਲ ਜੁੜੇ ਹੋਏ ਨੇ ਕਿਸ ਤਰੀਕੇ ਦੇ ਨਾਲ ਇਹਨਾਂ ਦਾ ਮਿਸ਼ਨ ਕੁਛ ਹੋਰ ਸੀਗਾ ਅਤੇ ਜਦੋਂ ਵੀਡੀਓਜ਼ ਦੇਖੀਆਂ ਆਪਣੀਆਂ ਨਿਊਜ਼ ਏਸ਼ੀਆ ਪੰਜਾਬੀ ਅਤੇ ਮੇਰੀ ਅਤੇ ਡਾਕਟਰ ਵਰਿੰਦਰ ਸਿੰਘ ਹੋਣਾਂ ਦੀਆਂ ਵੀਡੀਓਜ਼ ਦੇਖੀਆਂ ਤਾਂ ਵੀਡੀਓਜ਼ ਦੇਖਣ ਤੋਂ ਬਾਅਦ ਕਿਸ ਤਰੀਕੇ ਦੇ ਨਾਲ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਇੱਕ ਨਵਾਂ ਮੋੜ ਆਇਆ ਦੋ ਜਿਹੜੀਆਂ ਪੋਸਟ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਇੱਕ ਹੁਣ ਫਿਰ ਡਿਪਲੋਮਾ ਇਨ ਯੋਗਿਕ ਸਾਇੰਸਿਸ ਵੀ ਇਹਨਾਂ ਨੇ ਐਡਮਿਸ਼ਨ ਲੈਣ ਦੀ ਗੱਲ ਕੀਤੀ ਹੈਗੀ ਆ ਨਾਲ ਨਾਲ ਇਹ ਸੈਮੀਨਾਰ ਅਟੈਂਡ ਕਰ ਰਹੇ ਨੇ ਜਦੋਂ ਤੱਕ ਜੂਨ ਤੱਕ ਇਹਨਾਂ ਦੀ ਦੁਬਾਰਾ ਜਿਹੜੀ ਆ ਉਹ ਅਗਲੀ ਸਟਾਰਟ ਹੋਣਾ ਹੈ ਉਸ ਤੋਂ ਬਾਅਦ ਇਹਨਾਂ ਨੂੰ ਉਸ ਉਦੋਂ ਤੱਕ ਇਹ ਕਾਫੀ ਕੁਝ ਹਾਸਲ ਕਰ ਲੈਣਾ ਚਾਹੁੰਦੇ ਨੇ ਅਤੇ ਇਹਨਾਂ ਦਾ ਮਿਸ਼ਨ ਜਿਹੜਾ ਹੈਗਾ ਉਹ ਪੈਸੇ ਕਮਾਉਣਾ ਨਹੀਂ ਕੈਰੀਅਰ ਨਹੀਂ ਹੈਗਾ ਇਹਨਾਂ ਦਾ ਮਿਸ਼ਨ ਹੈਗਾ ਸੇਵਾ ਅਤੇ ਆਲਾ ਦੁਆਲਾ ਤੰਦਰੁਸਤ ਕਰਨਾ ਅਤੇ ਸਭ ਤੋਂ ਵੱਡਾ ਮਿਸ਼ਨ ਹੈਗਾ ਆਪਣੇ ਆਪ ਨੂੰ ਅਤੇ ਆਪਣੇ ਪਰਿਵਾਰ ਨੂੰ 100 ਸਾਲ ਦੀ ਉਮਰ ਤੱਕ ਤੰਦਰੁਸਤ ਹਾਲ ਤੱਕ ਲੈ ਕੇ ਜਾਣਾ ਸੋ ਤੁਹਾਨੂੰ ਇਹ ਗੱਲਬਾਤ ਕਿਵੇਂ ਲੱਗੀ ਆਪਣੀ ਰਾਏ ਸਾਨੂੰ ਸਾਡੇ ਕਮੈਂਟ ਬਾਕਸ ਜ਼ਰੂਰ ਦੇਣਾ ਮੈਨੂੰ ਪਤਾ ਹੈ ਕਿ ਜਿਹੜੀ ਤੁਸੀਂ ਰਾਏ ਦਿਓਗੇ ਕਿ ਇਹ ਤੰਦਰੁਸਤੀ ਇਹਨਾਂ ਨੂੰ ਕੀ ਲੋੜ ਹੈ ਪਰ ਮੈਂ ਫਿਰ ਵੀ ਕਹਿੰਦਾ ਵੀ ਰਾਏ ਤੁਸੀਂ ਜ਼ਰੂਰ ਦਿਓ ਤਾਂ ਕਿ ਇਹਨਾਂ ਤੱਕ ਉਹਨਾਂ ਦੀ ਉਹ ਰਾਏ ਪਹੁੰਚੇ ਅਤੇ ਇਹ ਖੁਦ ਜਵਾਬ ਦੇਣ ਕਿਉਂਕਿ ਅਕਸਰ ਕਿਹਾ ਜਾਂਦਾ ਵੀ ਆਪਣੇ ਬੰਦੇ ਹੋਣੇ ਪਰ ਇਹ ਮੈਂ ਇਹਨਾਂ ਨੂੰ ਪਹਿਲੀ ਵਾਰੀ ਮਿਲ ਰਿਹਾ ਅਤੇ ਆਪਣੀ ਰਾਏ ਦੱਸ ਕੇ ਸਾਨੂੰ ਜ਼ਰੂਰ ਇਹਦੇ ਵਿੱਚ ਅੱਗੇ ਮੋਟੀਵੇਟ ਕਰਨਾ ਵੀ ਅੱਗੇ ਕੰਮ ਕਿਸ ਤਰ੍ਹਾਂ ਦਾ ਕਰਨਾ ਹੈਗਾ ਸੀ ਅਤੇ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ ਇੱਕ ਨਵੇਂ ਮਹਿਮਾਨ ਦੇ ਨਾਲ ਉਦੋਂ ਤੱਕ ਮੈਨੂੰ ਦਿਓ ਇਜਾਜ਼ਤ ਧੰਨਵਾਦ